अस्सलाम वालेकुम, उम्मीद करना सारे अपना भरा ठीक हो। सो आज नी वीडियो ने करने आगाज अज अवामी एक्शन कमेटी ने कुछ रहनुमा असने ग्रहण अंदर आई डे असने ग्रहण अंदर अज एक मीटिंग हुई है चल सा अपने इलाके की मार्केट की जिथे अज ये मीटिंग हो सी अगर चलने नाल नाल तुसीं दसने चलने आ। चलो हुण चलने आ ख्वाजा मेहरान साहब आई डे, इस तरह और बाकी भी उन्होंने संगी साथी आई डे। ਅੱਗੇ ਚਲੀ ਤਾਂ ਤੁਹਾਨੂੰ ਦੱਸਾਂਗੇ ਅੱਜ ਦੀ ਮੀਟਿੰਗ ਕਿਸ ਹਵਾਲੇ ਨਾਲ ਹੋਈ ਹੈ, ਅੱਜ ਦੀ ਮੀਟਿੰਗ ਦੇ ਅੰਦਰ ਕਿਆ ਕੁਝ ਗੱਲਾਂ ਹੋ ਸੁਣਾ ਤੁਹਾਨੂੰ ਦੱਸਾਂ, ਔਰ ਅਵਾਮੀ ਐਕਸ਼ਨ ਕਮੇਟੀ ਨੇ ਅਗਲਾ ਕਿਆ ਕੋਈ ਲਾਇਆ ਮਾਲਾ ਉਸਨੇ ਵੀ ਤੁਸੀਂ ਦੱਸਾਂ। ਆਈ ਗਿਆ ਸਾਂ ਆਪਣੇ ਇਲਾਕੇ ਦੀ ਮਾਰਕੀਟ ਕੀ ਜਿੱਥੇ ਅੱਜ ਮੀਟਿੰਗ ਹੋ ਸੀ, ਇਸ ਟਾਈਮ ਸੈਫੁਲ ਤੱਕ ਨੇ ਉਸ ਦਾ ਇਸਤਕਬਾਲ ਹੋਈ ਗਿਆ। ਆ ਚੁੱਕੇ ਅਵਾਮੀ ਐਕਸ਼ਨ ਕਮੇਟੀ ਨੇ ਰਨਮਾ, ਅਸਲਾਮ ਵਾਲੇਕੁਮ, ਕੀ ਹਾਲ ਹੈ? ਠੀਕ ਹੋ? ਅਲਹਮਦੁਲਿਲਾ। ਅੱਜ ਇੱਕ ਠਾਠ ਸੀ ਤਾਰਕ ਸਾਹਿਬ ਔਰ ਬਾਕੀ ਉਹਨਾਂ ਨੇ ਸਾਥੀ ਵੀ ਆਈ ਗਏ ਔਰ ਬਾਕੀ ਜ਼ਿਆਦਾਤਰ ਵਾਮ ਆ ਚੁੱਕੀ ਹੈ, ਕੁਝ ਬੰਦੇ ਜਿਹੜੇ ਰਹਿੰਦੇ ਹੋਏ ਆਸਤੇ ਆਸਤੇ ਆਈ ਡੇ। ਆਪਣੇ ਮਸਲੇ ਕੇ ਕਿ ਨਹੀਂ ਤਾਂ ਨਿਕਲੋ, ਕਿਸੇ ਪਰ ਕੋਈ ਆਸਾਨ ਨਹੀਂ,
ਸਾਡਾ ਨਾਲ ਕੋਈ ਨਾ ਮਿਲਿਆ, ਮੇਲੇ ਨਾਲ ਲਸ਼ਣ ਲੱਗਣਾ ਜਾਂ ਕੋਈ ਹੋਰ ਜਿਹੜਾ ਕੋਈ ਮਕਸਦ ਆ। ਇਹਨਾਂ ਦਾ ਮਕਸਦ ਵੀ ਇਹ ਆ, ਇਹ ਵੀ ਆਪਣਾ ਇੱਕ ਮਕਸਦ ਕਹਿੰਦੇ ਪਿਆ ਕਿ ਆਵਾਮ ਦੀ ਨਾਲ ਆਪਾਂ ਖਿਦਮਤ ਕਰਨੀ ਹੈ, ਉਹਨਾਂ ਨਾਲ ਜ਼ਰੂਰਤ ਦੀ ਜੰਗ ਲੈਣੀ ਹੈ। ਐਕਸ਼ਨ ਕਮੇਟੀ ਕਾ ਕੋਈ ਬੰਦਾ ਅਗਰ ਉਸਕੋ ਉਠਾਇਆ ਗਿਆ ਤੋ ਪੂਰਾ ਆਜ਼ਾਦ ਕਸ਼ਮੀਰ ਜਿਸ ਤਰ੍ਹਾਂ ਹਮ ਹੈ ਡਡਿਆਲ ਕੇ ਅੰਦਰ ਕੇ ਪ੍ਰੋਗਰਾਮ ਹੋ ਰਹੇ ਹੈ, ਇਸੀ ਤਰ੍ਹਾਂ ਸਭ ਹਲਕੋ ਮੈਂ ਹਰ ਜਗ੍ਹਾ ਯਹੀ ਸੂਰਤ ਹਾਲ ਹੈ। ਲੋਕ ਸਰਾਪਾ ਇਤਜਾਜ ਹੈ, ਇਹ ਜੰਗ ਸਿਰਫ ਖਵਾਜਾ ਸਾਹਿਬ ਕੀ ਨਹੀਂ ਹੈ, ਇਹ ਜੰਗ ਆਵਾਮ ਕੀ ਹੈ ਔਰ ਗਰੀਬ ਕੀ ਹੈ। ਮੈਂ ਸਮਝਤਾ ਹੂੰ ਕਿ ਅਗਰ ਆਪ ਲੋਗੋਂ ਨੇ ਤਾਉਣ ਕੀਆ, ਆਪਨੇ ਹਮਾਰਾ ਸਾਥ ਦਿਆ, ਤੋ ਜਿਸ ਤਰ੍ਹਾਂ ਡਡਿਆਲ ਨੇ 9 ਮਈ ਕੋ ਤਾਰੀਖ ਰਕਮ ਕੀ, ਫਿਰ ਜਬ ਡਡਿਆਲ ਕਾ ਕਾਫਲਾ ਯਹਾਂ ਸੇ ਰਵਾਨਾ ਹੁਆ, ਬਾਖਦਾ ਫੂਲੋ ਕੀ ਪੱਤੀਆਂ ਕਮ ਪੜ ਗਈ ਥੀ, ਪੈਰੋਂ ਕੇ ਢੇਰ ਲੋਗ ਮੁਸਾਫਰ ਕਰ ਰਹੇ ਥੇ ਕਿ ਡਡਿਆਲ ਕੇ ਨਮਸਕਾਰ ਹਮਾਰੀ ਧਰਤੀ ਪੇ ਆ ਚੁੱਕਾ ਹੈ। 28 ਤਾਰੀਖ ਕੋ ਵੀ ਆਪ ਉਸਕਾ ਵੀ ਇੰਤਜ਼ਾਰ ਕਰੇਂਗੇ, ਤੋ ਇਨਸ਼ਾਅੱਲਾ ਹਮ ਸਭ ਰੂਰ ਹੋਗੇ, ਡਡਿਆਲ ਕਾ ਨਾਮ ਇੱਕ ਵਾਰ ਫਿਰ ਰੋਸ਼ਨ ਹੋਗਾ। ਇਸ ਅਵਾਮੀ ਐਕਸ਼ਨ ਕਮੇਟੀ ਨੇ ਜਿਹੜੀ ਜਦੋਜਹਿਦ ਹੈ ਇਸ ਨੇ ਉੱਪਰ ਔਰ ਜਿਹੜੀ 28 ਜੂਨ ਦੀ ਕਾਲ ਹੈ ਐਂਟਰੀ ਪੁਆਇੰਟ ਦੀ ਤਰਫ ਮਾਰਚ ਕਰਨੀ, ਇਸ ਨੇ ਵਜ੍ਹਾ ਕਿਆ ਹੈ, ਇਸ ਦੀ ਵਜ੍ਹਾ ਇਹ ਹੀ ਹੈ ਜਿਹੜੀ 10-11 ਮਹੀਨੇ ਦੀ ਅਵਾਮੀ ਐਕਸ਼ਨ ਕਮੇਟੀ ਜਦੋਜਹਿਦ ਕਰਨੀ ਦੀ ਹੈ। ਇੱਕ ਜਿਹੜਾ ਇਸ ਨਾਲ ਨਾਂ ਆਇਆ ਅਵਾਮੀ ਐਕਸ਼ਨ ਕਮੇਟੀ, ਇਸ ਨੂੰ ਤੁਸੀਂ ਕੀ ਸਮਝ ਹੋਣੀ ਚਾਹੀਦੀ ਹੈ। ਅਵਾਮੀ ਐਕਸ਼ਨ ਕਮੇਟੀ ਜਿਹੜੀ ਹੈ ਉਹ ਆਵਾਮ ਲਈ ਹੈ, ਇਸ ਨਾਲ ਨਾ ਕੋਈ ਲੀਡਰ ਹੈ ਨਾ ਇਸ ਨੇ ਵਿੱਚ ਕੋਈ ਸਿਆਸਤ ਹੈ। ਵਾਜ਼ਿਆ ਅਸਾਂ ਦੱਸਿਆ ਆ ਸਿਰਫ ਸਿਰਫ ਇਸ ਗਰੀਬ ਆਵਾਮ ਨੇ ਜਿਹੜੇ ਬੁਨਿਆਦੀ ਹਕੂਕ ਉਸ ਨੇ ਉੱਪਰ ਅਸਾਂ ਜਦੋਜਹਿਦ ਕਰਨੇ ਆ। ਇਸ ਨੇ ਉੱਪਰ ਅਵਾਮੀ ਐਕਸ਼ਨ ਕਮੇਟੀ ਕਿਉਂ ਬਣੀ ਹੈ, ਇਸ ਨੇ ਉੱਪਰ ਅਸਾਂ ਜਦੋਜਹਿਦ ਕਰਨੇ ਅਸੀਂ ਕਿਵੇਂ ਨਿਕਲੇ ਹਾਂ। ਪੂਰੇ ਕਸ਼ਮੀਰ ਵਿੱਚ ਪੇਪਰ ਤੀ ਗਏ ਤੋਂ ਤਾਹ ਬਾਰ ਤੱਕ ਅਸਾਂ ਇੱਕ ਆਵਾਜ਼ ਬਣਿਆ, ਇੱਕ ਕੌਮ ਬਣਿਆ, ਇਸ ਨੇ ਕਿਆ ਵਜ੍ਹਾ ਹੈ। ਜੇ 77 ਸਾਲ ਹੋਏ ਗਏ ਇਸ ਰਿਆਸਤ ਵਿੱਚ, ਕਿਤਨੇ ਲੋਕ ਆਏ ਹੋਏ ਗੁਜ਼ਰੀ ਗਏ, ਕਿਤਨੀਆਂ ਪਾਰਟੀਆਂ ਆਈਆਂ, ਕੁਝ ਖਤਮ ਹੋਈ ਗਈਆਂ, ਕੁਝ ਹਨ ਜਿੰਨਾ ਕਿ ਅਸਾਂ ਤੁਸਾਂ ਨੇ ਬੜੇ ਵਡੇਰੇ ਵੋਟ ਵੀ ਦੇਣੇ ਨੂੰ, ਤੁਸਾਂ ਲੋਕਾਂ ਵੀ ਵੋਟ ਦੇ ਦਿੱਤੀ ਹੈ ਔਰ ਉਸਨੇ ਵਿੱਚੋਂ ਅਸਾਂ ਹਾਸਿਲ ਕਿਆ ਕੀਤਾ ਆ, ਇਹ ਅਸਾਂ ਕੀ ਸੋਚਣਾ ਚਾਹੁੰਦੇ ਆ। ਸਭ ਤੋਂ ਪਹਿਲੇ ਤਾਂ ਮਿਸਾਲ ਤੁਸਾਂ ਦੇ ਸਾਹਮਣੇ ਹੀ ਹੈ, 1.5 ਸਾਲ ਹੋਈ ਗਿਆ ਇਸ ਰੋਡ ਉੱਪਰੋਂ ਮੈਂ ਵੀ ਗੁਜ਼ਰਿਆ ਸੀ, ਉਹੀ 1.5 ਸਾਲ ਹੋਈ ਗਿਆ ਰੋਡ ਉਸੇ ਤਰ੍ਹਾਂ ਹੀ ਹੈ। ਇਸ ਕੀ ਸਮਝਣੇ ਦੀ ਜ਼ਰੂਰਤ ਹੈ, ਜਿਹਨਾਂ ਲੋਕਾਂ ਕੀ ਅਸਾਂ ਵੋਟ ਦਿੱਤੀ ਤੁਸਾਂ ਮੁੰਤਖਿਬ ਕਰੀ ਦੇ ਨੇ ਕਿ ਅਸੈਂਬਲੀ ਵਿੱਚ ਭੇਜਦੇ ਹੋ, ਇਹ ਗੱਲਾਂ ਇੱਕ ਦਿਮਾਗ ਵਿੱਚ ਰੱਖ ਲੈਣੀਆਂ, ਇਸ ਕੀ ਸਮਝਣੇ ਦੀ ਜ਼ਰੂਰਤ ਹੈ। ਮੈਂ ਕਿਸੇ ਪਾਰਟੀ ਦੇ ਖਿਲਾਫ ਨਾ, ਨਾ ਕਿਸੇ ਬਲਾਦਰੀ ਦੇ ਖਿਲਾਫ ਹਾਂ, ਨਾ ਮੈਂ ਬਲਾਦਰੀ ਕਿਸੇ ਕੀ ਮੰਨਣਾ ਹੈ ਨਾ ਪਾਰਟੀ ਕੀ ਮੰਨਣਾ ਆ। ਮੈਂ ਇਹ ਚੀਜ਼ ਆਖਣਾ ਜਿਸਨੇ ਸਾਡਾ ਪੈਗੰਬਰਾਂ ਦਰਸ ਦਿੱਤਾ ਹੈ, ਇੱਕੋ ਬਣੋ, ਇਨਸਾਨੀਅਤ ਆਪਣੇ ਅੰਦਰ ਪੈਦਾ ਕਰੋ, ਉਸਨੇ ਉੱਪਰ ਵਰਕ ਕਰੋ। ਹਜ਼ਾਰਾਂ ਤਾਦਾਦ ਵਿੱਚ ਆਵਾਮ ਸੀ ਸਾਹਮਣੇ, ਕਿ ਨਹੀਂ ਸਬੂਤ ਹੈ ਕਿਸੇ ਕੋਲ, ਅਸੀਂ ਆਪਣੀ ਗਰਦਨਾਂ ਲਵਾਉਣੇ ਤਿਆਰ ਹਾਂ।
ਪਾਕਿਸਤਾਨੀ ਸਭ ਤੋਂ ਬੜੀ ਯੂਨੀ ਕੌਂਸਲ ਕਠਾੜ ਹੈ। ਤੁਸਾਂ ਲੋਕਾਂ ਆਪਣੀ ਜਿਹੜਾ ਹਰ ਰੋਲ ਅਦਾ ਕੀਤਾ, ਇਲੈਕਸ਼ਨ ਵਿੱਚ ਹੋਇਆ ਚਾਹੇ ਕੋਈ ਵੀ ਪ੍ਰੋਗਰਾਮ ਹੋਇਆ, ਤੁਸਾਂ ਦੀਵਾਰ ਬਣੀ ਕੇ ਆਈ ਨੇ, ਖਲਤੇ ਹੋ ਨਿਕਲੇ ਵੀ ਆਏ ਹੋ, ਇਹਨਾਂ ਜਲਸਿਆਂ ਜਲੂਸਾਂ ਕੀ ਕਾਮਯਾਬ ਵੀ ਕੀਤਾ ਨੇ। ਅਸਾਂ ਤੁਸਾਂ ਕੀ ਕਿਹਾ ਪੈਗਾਮ ਦੱਸਾਂ, ਅਸਾਂ ਨਾ ਵੋਟ ਮੰਗਣੇ ਆ, ਨਾ ਵੋਟ ਕਿੰਨੇ ਆ, ਨਾ ਵੋਟ ਕੀ ਪਸੰਦ ਕਰਨੇ ਆ, ਲੇਕਿਨ ਜਿਹੜਾ ਅਵਾਮੀ ਐਕਸ਼ਨ ਕਮੇਟੀ ਨਾਲ ਪਲੇਟਫਾਰਮ ਨਿਕਲਿਆ ਇਹ ਬਣਾਇਆ ਆ, ਸਿਰਫ ਸਿਰਫ ਇਸ ਗਰੀਬ ਆਵਾਮ ਨੇ ਕੋਲ ਕਸਾ ਨਿਕਲੇ ਆ, ਇਸ ਨੇ ਵਿੱਚ ਕੋਈ ਸਿਆਸਤ ਨਹੀਂ ਹੈ, ਕੋਈ ਪਾਰਟੀ ਨਹੀਂ ਹੈ, ਕੋਈ ਜਾਤ ਨਹੀਂ ਹੈ। ਆਖਿਰ ਕਦੋਂ ਤੱਕ ਮੰਗੀ ਤਾਂ ਖਾਣੇ ਦੱਸੋ, ਇਸ ਕੀ ਸਮਝਣੇ ਦੀ ਬੜੀ ਜ਼ਰੂਰਤ ਹੈ। ਆਖਿਰ ਕਦੋਂ ਤੱਕ ਮੰਗੀ ਤਾਂ ਖਾਣੇ ਦੱਸੋ, ਹੁਣ ਤਾਂ ਆਪਣੀ ਹਾਲਤ ਫਕੀਰ ਬਦਲੋ, ਅੱਲਾ ਜੰਨਤ ਨਜ਼ੀਰ ਜੈਸਾ ਦੇਸ਼ ਦਿੱਤਾ, ਗੈਰਤ ਖਾਓ ਤਾਂ ਆਪਣੇ ਜ਼ਮੀਰ ਬਦਲੋ, ਲਾਲਚ ਖਿਰਸ ਤੇ ਦੁਸ਼ਮੀਆਂ ਛੋੜ ਦਿਓ, ਲਾਲਚ ਖਿਰਸ ਤੇ ਦੁਸ਼ਮੀਆਂ ਛੋੜ ਦਿਓ, ਨਾਲੇ ਸੁੱਤੀ ਹੋਈ ਆਪਣੀ ਤਕਦੀਰ ਬਦਲੋ, ਨਹੀਂ ਗੁਲਾਮੀ ਦੀ ਜ਼ਿੰਦਗੀ ਕਸ਼ਮੀਰੀਓ ਚੰਗੀ, ਸਾਰੇ ਉੱਠੋ ਤਾਂ ਆਪਣਾ ਕਸ਼ਮੀਰ ਬਦਲੋ। ਬਸ ਮੈਂ ਉਸ ਮੁਕਰਰ ਕਰਦਾ ਹੋਣ ਜਾ ਰਿਹਾ ਹਾਂ ਜਿਸ ਨੇ ਦੋ ਟਾਈਟਲ ਜਿੱਤੇ, ਕਿੰਗ ਆਫ ਕਸ਼ਮੀਰ, ਬ੍ਰੈਂਡ ਆਫ ਕਸ਼ਮੀਰ, ਦਰਿਆ ਕੀ ਪਹਿਚਾਨ, ਦਰਿਆ ਕੀ ਸ਼ਾਨ, ਖਵਾਜਾ ਮਹਿਰਾਨ, ਖਵਾਜਾ ਮਹਿਰਾਨ। ਅਬ ਮੈਂ ਖਵਾਜਾ ਮਹਿਰਾਨ ਸਾਹਿਬ ਸੇ ਰਿਕੁਐਸਟ ਕਰੂੰਗਾ ਕਿ ਉਹ ਮਾਇਕ ਕਾ ਤਸ਼ਰੀਫ਼ ਕਰੇ, ਤਾਂ ਦੋਸਤਾਨੀਓ ਕੇ ਦੋਸਤ ਮੈਂ। اعوذ باللہ من الشیطان الرجیم، بسم اللہ الرحمن الرحیم۔ اساں کی پہلے تے یہ رسم تروڑنی پی سی اٹھنے لی، کیونکہ اساں نا یہ بالکل منشور نہیں ہے کہ بزرگن سوین پوش لوگن، اور اٹھنا ویسے بھی نہیں چاہیے، نماز واسطے اٹھنا چاہیے، اللہ نے حکم واسطے اساں کی اٹھنا چاہیے۔ میرے قافلے میں شامل کوئی کم نظر نہیں ہے، جو باز امیر نہیں ہے وہ میرا ہم سفر نہیں ہے۔ ਬਰੱਟੀ ਨੇ, ਸਾਵਲੇ ਨੇ, ਦੋਸਤੋ, ਅੱਜ ਪਹਿਲੀ ਵਾਰੀ ਇੱਥੇ ਮੀਟਿੰਗ ਕੀਤੀ ਹੈ ਇਸ ਬਰੱਟੀ ਨੇ ਮੁਕਾਮ ਉੱਪਰ, ਔਰ ਤੁਸਾਂ ਲੋਕਾਂ ਨਾਲ ਮੁਖਾਤਬ ਹੋ। ਇੱਥੇ ਨੇ ਕਈ ਸਾਰੇ ਐਸੇ ਨੌਜਵਾਨ ਹਨ ਜਿਹੜੇ ਇਤਜਾਜਾਂ ਵਿੱਚ ਸ਼ਾਮਿਲ ਹੋਣੇ ਰਹੇ, ਔਰ ਹਰ ਇਤਜਾਜ ਵਿੱਚ ਸ਼ਾਮਿਲ ਹੋਣੇ ਨਾ ਕੋਈ ਮਕਸਦ ਹੋਣਾ, ਕੋਈ ਨਾ ਕੋਈ ਵਜ੍ਹਾ ਕਿ ਨਹੀਂ ਕਿ ਇਨਸਾਨ ਜਾਣਾ, ਪੈਸਾ ਜਾਣੇ ਨਾ, ਮਾਲ ਜਾਣੇ ਨਾ, ਇੱਜ਼ਤ ਜਾਣੇ ਨਾ, ਕੋਠੀ ਕਾਰ ਜਾਣੇ ਨਾ, ਜਾਨ ਜਾਣੇ ਨਾ, ਇਹ ਖੌਫ ਮੁਸੱਲਤ ਹੋਈ ਗਿਆ ਸਾਡੇ ਪਰ। ਕੁਛ ਕੀਤਾ ਸੋਚਣ ਵਾਲੀ ਬਾਤ ਹੈ, ਕੁਛ ਕੀਤਾ? ਅੱਲਾ ਦਾ ਤੁਸੀਂ ਅੱਗੇ ਹੁਕਮ ਦਿੱਤਾ ਕਿ ਡਰਨਾ ਨਹੀਂ ਮਾੜੇ ਤੁਸੀਂ ਸਿਵਾਇ ਕਿਸੇ ਕੋਲੋਂ। ਜਿਸ ਨੇ ਕਿਹਾ ਸਜਦਾ ਕਰਨਾ ਹੈ ਉਹਨਾਂ ਦਾ ਆਖਿਆ ਭਾਈ ਉੜਿਆ, ਮਾੜੇ ਸਿਵਾਇ ਕਿਸੇ ਕੋਲੋਂ ਨਹੀਂ ਡਰਨਾ। ਤੁਸਾਂ ਕੀ ਖੌਫ ਦੇਣ ਵਾਲਾ ਕੌਣ ਹੈ? ਤੁਸਾਂ ਕੀ ਡਰਾਉਣ ਵਾਲਾ ਕੌਣ ਹੈ? ਤੁਸਾਂ ਕੀ ਪੁਲਿਸ ਨੀ ਗੱਡੀ ਕੋਲੋਂ ਡਰਾਉਣ ਵਾਲਾ ਕੌਣ ਹੈ? ਐਫ ਸੀ ਪੀ ਸੀ ਨੀ ਗੱਡੀ ਕੋਲੋਂ ਡਰਾਉਣ ਵਾਲਾ ਕੌਣ ਹੈ ਬੰਦਾ? ਉਸ ਕੀ ਤਲਾਸ਼ ਕੀਤਾ ਜਾਏ, ਉਸ ਤਬਕੇ ਕੀ ਲੋੜਿਆ ਜਾਏ, ਔਰ ਸਵਾਲ ਕੀਤਾ ਜਾਏ ਕਿ ਤੂੰ ਅੱਲਾ ਨੇ ਹੁਕਮ ਨੀ ਪਮਾਲੀ ਕਿਉਂ ਕਰਨਾ ਹੈ ਪਿਆ? ਇਹ ਸਵਾਲ ਕਰਨਾ ਚਾਹੀਦਾ ਹੈ, ਹਰ ਘਰ ਕੀ ਕਰਨਾ ਚਾਹੀਦਾ ਹੈ, ਹਰ ਨੌਜਵਾਨ ਕੀ ਉੱਠਣਾ ਚਾਹੀਦਾ ਹੈ, ਔਰ ਬੋਲਣਾ ਚਾਹੀਦਾ ਹੈ ਕਿ ਆਖਿਰ ਕਿਉਂ ਜ਼ੁਬਾਨ ਉੱਪਰ ਕੈਦ ਕਿਉਂ ਹੈ, ਸੋਚ ਉੱਪਰ ਪਾਬੰਦੀ ਕਿਉਂ ਹੈ, ਕੰਮ ਕਰਨੇ ਪਰ ਇਖਤਲਾਫਾਤ ਕਿਉਂ ਹਨ? ਹਾਲਾਂਕਿ ਮੰਗੀ ਜਾ ਇਸ ਚੀਜ਼ ਰਹੇ ਹਾਂ, ਸਾਡਾ ਇਹ ਮੌਜਦਾ 9 ਮਹੀਨੇ ਪਹਿਲੇ ਹੋ ਗਿਆ ਸੀ, 9 ਮਹੀਨੇ ਪਹਿਲੇ ਗੌਰਮੈਂਟ ਅਸਾਂ ਕੀ ਤਸਲੀਮ ਕਰੀ ਚੁੱਕੀ ਸੀ ਕਿ ਬਿਲਕੁਲ ਠੀਕ ਪਾਣੇ ਪਏ, ਫਿਰ ਇੰਤਜ਼ਾਰ ਕੈਸਣਾ ਸੀ? ਫਿਰ ਸ਼ੈਲਿੰਗ ਕਿਉਂ ਮਾਰੀ ਗਈ? ਫਿਰ ਗੋਲੀਆਂ ਕਿਉਂ ਚਲਾਈਆਂ ਗਈਆਂ? ਫਿਰ ਖੌਫ ਖਰਾਜ ਕਿਉਂ ਫੈਲਾਇਆ ਗਿਆ? ਇਹ ਸਵਾਲ ਜਿਨ੍ਹਾਂ ਨੇ ਜਵਾਬ ਵੀ ਮੌਜੂਦ ਹਨ, ਲੇਕਿਨ ਮੈਂ ਸਵਾਲ ਤਾਂ ਛੋੜੀ ਕੇ ਜਾਣਾ ਪਿਆ ਕਿ ਤੁਸਾਂ ਵੀ ਸੋਚੋ। ਸਾਹਮਣੇ ਆਇਆ ਇਨਕਲਾਬ,
ਤੁਸੀਂ ਸਾਹਮਣੇ ਅਫਗਾਨੀਆ ਇਨਕਲਾਬ ਆਉਂਦਾ ਹੈ, ਕੱਲਾ ਨੀ ਗੱਲ ਹੈ, ਦੂਰ ਨੀ ਗੱਲ ਹੀ ਨਹੀਂ ਹੈ। ਅਮੈਰੀਕਾ ਬਹੁਤ ਬੜੀ ਤਾਕਤ ਸੀ, ਉਸਨੇ ਖਿਲਾਫ਼ ਇਨਕਲਾਬ ਕਿਉਂ ਨਹੀਂ ਆਉਂਦਾ ਨੇ? ਵੀਅਤਨਾਮ ਤੁਸਾਂ ਨੇ ਸਾਹਮਣੇ ਇਨਕਲਾਬ ਆਇਆ, ਅਮੈਰੀਕਾ ਕੋਲ ਉਹਨਾਂ ਜਾਨ ਛੜਾਈ ਹੈ। ਇਰਾਨ ਹੀ ਤੁਸਾਂ ਨੇ ਸਾਹਮਣੇ ਇਨਕਲਾਬ ਆਇਆ, ਉਹਨਾਂ ਜਾਨ ਛੜਾਈ ਹੈ। ਮਾਸ਼ੀ ਗੁਲਾਮੀ ਨੇ ਅੰਦਰ ਦਫ਼ਨ ਕੀਤਾ, ਅੱਜ ਕੀ ਜਾਈ ਰਿਹਾ ਸਾਂ ਕਿ ਲੋਕੋ ਥੋੜ੍ਹੀ ਜਿਹੀ ਸੋਚਣ ਦੀ ਕੋਸ਼ਿਸ਼ ਕਰੋ। ਅੱਜ ਸਾਡੇ ਭਰਾ ਅਗਰ ਪ੍ਰਦੇਸ਼ਾਂ ਵਿੱਚ ਰੁਲਣ ਪਏ, ਉਹ ਕਿਉਂ ਰੁਲਣ ਪਏ? ਕਿਉਂਕਿ ਮਾਸ਼ੀ ਗੁਲਾਮੀ ਤੋਂ ਤੰਗ ਆਈ ਗਏ ਹਨ। ਬੱਕਰੀਆਂ ਚੜਾਈ ਚੜਾਈ ਆਪਣੇ ਜਾਨਵਰਾਂ ਕੀ ਪੱਠੇ ਬਾਈ ਬਾਈ ਤੰਗ ਆਈ ਗਏ ਹਨ। ਮੌਕੇ ਹੀ ਨਹੀਂ ਦਿੱਤੇ ਜਾਣੇ, ਸਪੇਸ ਹੀ ਨਹੀਂ ਦਿੱਤੀ ਜਾਣੀ, ਨਾ ਨੌਕਰੀ ਮਿਲਣੀ ਹੈ ਸਿਫਾਰਿਸ਼ ਤੋਂ ਬਗੈਰ, ਰਿਸ਼ਵਤ ਤੋਂ ਬਗੈਰ, ਨਾ ਕਿਸੇ ਜਗ੍ਹਾ ਪਰ ਸਾਡਾ ਬੱਚਾ ਅੱਛੀ ਤਾਲੀਮ ਹਾਸਲ ਕਰੀ ਸਕਣਾ ਰਿਸ਼ਵਤ ਤੋਂ ਬਗੈਰ, ਸਿਫਾਰਿਸ਼ ਤੋਂ ਬਗੈਰ, ਔਰ ਨਾ ਹੀ ਕਿਸੇ ਅਦਾਰੇ ਨੇ ਅੰਦਰ ਸਾਡੇ ਬਜ਼ੁਰਗਾਂ ਦੀ ਇੱਜ਼ਤ ਤੇ ਸਿਫਾਰਿਸ਼ ਤੋਂ ਬਗੈਰ। ਕਿਸੇ ਵਜ਼ੀਰ ਆਜ਼ਮ ਪ੍ਰੈਸ ਕਾਨਫਰੰਸ ਕੀਤੀ ਹੈ, ਦੁਨੀਆ ਸੁਣੀ ਹੈ, 3 ਰੁਪਏ ਯੂਨਿਟ, 5 ਰੁਪਏ ਯੂਨਿਟ ਔਰ 6 ਰੁਪਏ ਯੂਨਿਟ, ਇਸ ਨੂੰ ਉੱਪਰ ਕੋਈ ਯੂਨਿਟ ਨਹੀਂ ਹੈ, ਕੋਈ ਪੈਸਾ ਪਾਈ ਨਹੀਂ ਲੱਗਣਾ ਪਿਆ, ਤਮਾਮ ਟੈਕਸ ਬਾਈਕ ਹੈ, ਤਮਾਮ ਸਰਵਿਸ ਚਾਰਜਿਸ ਬਾਈਕ ਹੈ, ਔਰ ਜਿਤਨੇ ਵੀ ਪਕਾਏ ਨੇ ਤੁਸਾਂ ਨੇ ਉਸ ਸੂਰਤ ਦੇ ਬਿੱਲ ਨਾ ਜਮ੍ਹਾਂ ਕਰਾਇਆ। ਮੈਂ 11 ਮਹੀਨੇ ਤੋਂ ਰੋਲਾ ਪਾਈ ਪਾਈ ਪਿੱਟਣਾ ਰਿਹਾ, ਬਣਾ ਰਿਹਾ ਹਾਂ, ਬਿੱਲਾਂ ਜਮ੍ਹਾਂ ਕਰਾਓ, ਨਾ ਜਮ੍ਹਾਂ ਕਰਾਓ, ਲੋਕ ਡਰਨੇ ਰਹੇ ਹੋ, ਇਹਦਾ ਬਕਾਇਆ ਆਈ ਜਾ ਸਨ, ਲੋਕ ਆਉਣੇ ਰਹੇ, ਜ਼ਮੀਨਾਂ ਵੇਚਣੀਆਂ ਪਏ ਸਨ, ਇਹ ਲੀਡਰ ਇਹਨਾਂ ਨੇ ਦਿਮਾਗ ਬਾਲੇ ਰਹੇ ਨਾ ਗੰਦ ਬਲਾਬ, ਔਰ ਮੈਂ ਲੋਕਾਂ ਕੀ ਮਿੰਤ ਕਰਨਾ ਰਿਹਾ। ਲੋਕੋ, ਬਿਜਲੀ ਆਈ ਸਾੜੀ ਹੈ, ਬਿਜਲੀ ਰੀਸ ਰਿਆਸਤ ਨਹੀਂ, ਸਾੜੀ ਬਿਜਲੀ ਹੈ, ਇਹ ਤੁਸਾਂ ਚਲਾਓ ਇਸ ਕੀ ਆਪਣੀ ਚੀਜ਼ ਜਿਹੜੀ ਹੈ ਘਰ, ਤੁਸਾਂ ਅਗਰ ਪਿੰਡੀਆਂ ਰਾਈਆਂ ਨੇ, ਤੁਸਾਂ ਗਵਾਂਢੀਆਂ ਨੂੰ ਪੁੱਛੋ ਕਿ ਮੈਂ ਪਿੰਡੀਆਂ ਖੋਲੀਗਾ ਬਣਾ ਜਾਂ ਨਾ ਬਣਾ, ਤੁਸਾਂ ਨਹੀਂ ਪਿੰਡੀਆਂ, ਨਾ ਤੁਸਾਂ ਬਣਾਈ ਕੇ ਖਾਓ ਨਾ ਉਸਕੀ। ਹੁਣ ਵਕਤ ਹੈ ਤੁਸਾਂ ਕੋਲ, ਹੁਣ ਟਾਈਮ ਹੈ ਤੁਸਾਂ ਕੋਲ, ਇੱਕ ਪਲੇਟਫਾਰਮ ਲੱਭੀ ਗਿਆ ਜਿਹੜਾ ਪਲੇਟਫਾਰਮ ਸਿਆਸਤ ਤੋਂ ਪਾਕ ਹੈ, ਬਾਣਾ ਪਿਆ ਹੈ, ਰੋਲਾ ਬਾਣਾ ਪਿਆ, ਪਿੱਟਣਾ ਪਿਆ, ਅਲਫਨ ਬਿਆਨ ਕਰਨਾ ਪਿਆ, ਸਿਆਸਤ ਤੋਂ ਪਾਕ ਹੈ, ਚੰਦੇ ਤੋਂ ਪਾਕ ਹੈ, ਬਰਾਦਰੀ ਤੋਂ ਪਾਕ ਹੈ, ਕਿਸੇ ਵੀ ਇਲਾਕਾਈ ਇਜ਼ਮ ਤੋਂ ਪਾਕ ਹੈ। ਇਹ ਸਿਆਸੀ ਪਲੇਟਫਾਰਮ ਨਹੀਂ ਹੈ, ਇਹ ਅਵਾਮੀ ਪਲੇਟਫਾਰਮ ਹੈ। ਇਸਨੇ ਪਰ ਅਗਰ ਇਹ ਪਲੇਟਫਾਰਮ ਤੁਸਾਂ ਕੀ ਮਿਲੀ ਗਿਆ, ਤੁਸਾਂ ਉਸਨੇ ਪਰ ਇਕੱਠੇ ਹੋਈ ਜਾਓ ਔਰ ਆਪਣੇ ਮਕਸਦ ਹਾਸਲ ਕਰੋ। ਅਗਰ ਅੱਜ ਤੁਸਾਂ ਉਸਨੇ ਆਪਣੇ ਮਕਸਦ ਨਾ ਹਾਸਲ ਕੀਤੇ, ਆਪਣੇ ਗ੍ਰਾਂ ਨੇ ਮਸਾਇਲ ਨਾ ਹੱਲ ਕੀਤੇ, ਅੱਜ ਆਪਣੀ ਰਿਆਸਤ ਨੇ ਮਸਾਇਲ ਨਾ ਹੱਲ ਕੀਤੇ, ਤੁਸਾਂ ਕੀ ਕੋਈ ਵੀ ਐਸਾ ਪਲੇਟਫਾਰਮ ਨਹੀਂ ਮਿਲਣ ਲੱਗਾ। ਤੁਸਾਂ ਕੀ ਜਿਹੜੀਆਂ ਵੀ ਸਿਆਸੀ ਤਨਜ਼ੀਮਾਂ ਮਿਲੀਆਂ, ਤੁਸਾਂ ਕੋਲੋਂ ਵੋਟ ਮੰਗਣੇ ਤੋਂ ਇਲਾਵਾ ਨਹੀਂ ਆਈਆਂ ਕਦੇ ਵੀ। ਤੁਸਾਂ ਨੇ ਜਨਾਜ਼ੇ ਤਾਂ ਪੜ੍ਹਨ ਹੋਣੇ ਨੇ ਕਿਉਂਕਿ ਤੁਸਾਂ ਨੇ ਵੋਟ ਚਾਹੀਦੇ ਲੋਕਾਂ ਉਹਨਾਂ ਕੀ, ਨਹੀਂ ਤਾਂ ਤੁਸਾਂ ਨੇ ਮਾੜੇ ਜਨਾਜ਼ੇ ਪੜ੍ਹਨੇ ਵਾਸਤੇ ਵੀ ਇਹ ਨਾ ਅੱਛਣ, ਕਿਉਂਕਿ ਇਹਨਾਂ ਸਾਰਿਆਂ ਆਪਣੇ ਜਿਤਨੇ ਵੀ ਦੌਲਤਖਾਨੇ ਬਣਾਏ ਹੋਏ ਨੇ, ਕੁੱਲੂ ਪਹਾੜ ਬਣਾਏ ਹੋਏ, ਰਾਹ ਰਲੇ ਤੇ ਬਸ ਗੁਜ਼ਾਰਾ ਕਰਨੇ ਵਾਸਤੇ ਅੱਛਣੇ ਨੇ ਪਏ। ਜਿਹੜੇ ਲੋਕ ਅੱਲਾ ਨੇ ਰਾਹ ਵਿੱਚ ਜਹਾਦ ਕਰਨੇ ਜਾਨ ਨਾਲ ਔਰ ਮਾਲ ਨਾਲ, ਉਹ ਲੋਕ ਅਫਜ਼ਲ ਹਨ ਜਿਹੜੇ ਜਾਨ ਨਾਲ ਔਰ ਮਾਲ ਨਾਲ ਜਹਾਦ ਕਰਨੇ ਅੱਲਾ ਤਾਲਾ ਨੇ ਰਾਹ ਵਾਸਤੇ। ਇਸ ਵਾਸਤੇ ਜਹਾਦ ਵੀ ਜ਼ਰੂਰੀ ਹੈ, ਉਸਨੇ ਤੋਂ ਬਗੈਰ ਅਸਾਂ ਨਾ ਮੁਕੰਮਲ ਹਾਂ, ਔਰ ਜਿਹਾਦ ਕਿਆ ਹੈ ਮੌਜੂਦਾ ਵਕਤ ਨਾਲ, ਇਹ ਸਮਝੋ, ਇਹ ਸਮਝਣ ਦੀ ਜ਼ਰੂਰਤ ਹੈ ਅਸਾਂ ਕੀ। ਜਿਹੜਾ ਜ਼ੁਲਮ ਦਾ ਨਿਜ਼ਾਮ ਚੱਲਣਾ ਪਿਆ ਹੋਇਆ, ਜ਼ੁਲਮ ਦਾ ਨਿਜ਼ਾਮ ਜਿਹੜਾ ਚੱਲਣਾ ਪਿਆ ਹੋਇਆ, ਮੁਸੱਲਤ ਹੋ ਗਿਆ ਇੱਕ ਜਗ੍ਹਾ ਪਰ, ਤਾਂ ਤੁਸਾਂ ਇੱਥੋਂ ਜਾਓ ਕਸ਼ਮੀਰ ਜਹਾਦ ਕਰਨੇ ਵਾਸਤੇ, ਉਹ ਕਿਸ ਤਰ੍ਹਾਂ ਕਬੂਲ ਹੋ ਸੀ? ਤੁਸਾਂ ਇੱਥੋਂ ਫਲਸਤੀਨ ਲੱਗੇ ਜਾਓ ਜਹਾਦ ਕਰਨੇ ਵਾਸਤੇ, ਉਹ ਕਿਸ ਤਰ੍ਹਾਂ ਹੋ ਸੀ? ਪਹਿਲੇ ਤੁਸਾਂ ਆਪਣੀ ਜ਼ਮੀਨ ਉੱਪਰ ਜਿਹੜਾ ਜ਼ੁਲਮ ਹੋਣਾ ਪਿਆ, ਤੁਸਾਂ ਨੇ ਪੜੋਸ ਵਿੱਚ ਅੱਗ ਲੱਗੀ ਵੀ ਹੈ, ਤੁਸਾਂ ਉਸ ਕੀ ਨਸਾਣੇ ਪਏ, ਉਸ ਕੀ ਸਾਣੇ ਵਾਸਤੇ ਤਿਆਰ ਨਾ ਹੋਣੇ ਪਏ, ਮੁਖਤਲਿਫ ਕਿਸਮ ਨੇ ਡਰ ਪਾਏ ਹੋਏ ਨੇ, ਇੱਥੋਂ ਪੁਲਿਸ ਨਾਲ ਡਾਲਾ ਆਏ ਜੇ, ਸਾਰੇ ਬੰਦੇ ਸੋਚਣ ਪਏ ਜਾਣੇ ਕਿਉਂ ਆਇਆ, ਆਪਣੇ ਹੀ ਮੁਲਾਜ਼ਮਾਂ ਕੋਲੋਂ ਆਪ ਹੀ ਡਰਨੇ ਆ ਪਏ, ਆਪਣੇ ਬੱਚਿਆਂ ਕੀ ਡਰਾਉਣੇ ਆ ਪਏ, ਏਜੰਸੀਆਂ ਕੋਲੋਂ ਆਪਣੇ ਬੱਚਿਆਂ ਕੀ ਡਰਾਉਣੇ ਆ ਪਏ, ISI ਕੋਲੋਂ, MI ਕੋਲੋਂ, ਫੌਜੀਆਂ ਕੋਲੋਂ, ਮੁਹਾਫਜ਼ਾਂ ਕੋਲੋਂ ਆਪਣੇ ਬੱਚਿਆਂ ਕੀ ਡਰਾਉਣੇ ਆ ਪਏ? ਕਿਆ ਸਾਡੀਆਂ ਨਮਾਜ਼ਾਂ ਫਿਰ ਕਬੂਲ ਹਨ? ਇਹ ਸੋਚਣੇ ਦਾ ਮੁਕਾਮ ਹੈ। ਕਿਆ ਸਾਡੇ ਜ਼ਕਾਤ ਕਬੂਲ ਹੋਣੀ ਹੈ ਸੀ? ਅੱਲਾ ਪਾਕ ਕਹਿ ਉਸ ਚੀਜ਼ ਦੇ ਕਿ ਕਬੂਲ ਕਰਨੇ ਪੈਣ, ਜਿਹੜੇ ਗਰੀਬ ਔਰ ਸਵੈਦਪੋਸ਼ ਤਬਕਾ ਹੈ, ਜਿਹੜਾ ਦਿਹਾੜੀਦਾਰ ਮਜ਼ਦੂਰ ਹੈ, 1200 ਰੁਪਏ ਦੀ ਦਿਹਾੜੀ ਲਾਉਣਾ ਹੈ, ਕਮ ਅਜ਼ ਕਮ ਉਸ ਬਾਰੇ ਵਿੱਚ ਸੋਚੋ।
ਉਸਨੇ ਵਾਸਤੇ ਆਵਾਜ਼ ਚਾਓ, ਉਸਨੇ ਵਾਸਤੇ ਬੋਲੋ। ਔਰ ਉਸਨੇ ਬੋਲਣੇ ਦਾ ਤਰੀਕਾ ਕਿਹਾ ਹੈ ਕਿ ਇੱਕ ਅਵਾਮੀ ਐਕਸ਼ਨ ਕਮੇਟੀ ਦਾ ਪਲੇਟਫਾਰਮ ਤੁਸਾਂ ਕੋਲ ਮਿਲੀ ਗਿਆ, ਹਰ ਗ੍ਰਾਮ ਮਹੱਲੇ ਚ ਅਵਾਮੀ ਐਕਸ਼ਨ ਕਮੇਟੀ ਬਣਾਈ ਓੜੋ, ਹਰ ਬੰਦਾ ਉਸਦੀ ਲੀਡ ਕਰਨਾ ਸ਼ੁਰੂ ਕਰੀਦਾ। ਕਿਆ ਤੁਸਾਂ ਦੀਆਂ ਰੋਡਾਂ, ਕਿਆ ਤੁਸਾਂ ਨੇ ਟ੍ਰਾਂਸਫਾਰਮ, ਮੈਂ ਬੱਲਾ ਤੁਸਾਂ ਕਿਸੇ ਹੀ ਪਾਇਆ ਹੈ, ਐਸਰਾ ਹੋ ਜਾ ਸੀ ਇਨਸ਼ਾਅੱਲਾ ਤਾਲਾ। ਮਾਲਿਕ ਹਮਾਰੇ ਇਸ ਕਾਵਿਸ਼ ਕੋ ਆਪਣੀ ਬਾਰਗਾਹ ਕੇ ਅੰਦਰ ਕਬੂਲ ਮੰਜ਼ੂਰ ਅਤਾ ਫਰਮਾ। ਜਿਤਨੇ ਵੀ ਲੋਗੋਂ ਨੇ ਜੋ ਗੁਫ਼ਤਗੂ ਕੀ ਹੈ, ਮਾਲਿਕ ਸਿੱਧ ਕੇ ਦਿਲ ਕੇ ਸਾਥ ਹਮ ਸਭ ਕੋ ਵੀ ਇਸ ਪਰ ਅਮਲ ਕਰਨੇ ਕੀ ਤੋਫੀਕ ਅਤਾ ਫਰਮਾ। ਮੀਟਿੰਗ ਖਤਮ ਹੋ ਗਈ ਹੈ ਔਰ ਉਸ ਤੋਂ ਬਾਅਦ ਮੁਲਾਕਾਤਾਂ ਵੀ ਹੋਈਆਂ। ਵਜਾ ਮਿਹਰਾਨ ਸਾਹਿਬ ਅਵਾਮ ਨੇ ਤਾਂ ਮੁਲਾਕਾਤ ਕੀਤੀ ਹੈ ਔਰ ਉਸ ਤੋਂ ਬਾਅਦ ਹੁਣ ਵਾਪਸ ਜਾ ਸੁਣ ਔਰ ਬਾਕੀ ਤਕਨੇ ਸਵਾਮ ਇਲਾਕਾ ਜੇ ਇੱਥੇ ਮੌਜੂਦ ਹੀ ਹੈ। ਕਾਫੀ ਬੜੀ ਮੀਟਿੰਗ ਹੋਈ ਹੈ, ਕਾਫੀ ਬੜੀ ਤਾਦਾਦ ਨੇ ਅੰਦਰ ਅਵਾਮ ਦੇ ਅੰਦਰ ਮੌਜੂਦ ਸੀ। ਅੱਛਾ ਜੀ, ਅਵਾਮੀ ਐਕਸ਼ਨ ਕਮੇਟੀ ਨੇ ਰਨਮਾ ਔਰ ਅਵਾਮੀ ਇਲਾਕਾ ਵਾਪਸ ਆਪਣੇ ਆਪਣੇ ਗੁਰਾਂ ਦੀ ਤਰਫ ਜੇ ਚੁੱਕੀ ਹੈ ਔਰ ਅੱਜ ਦੀ ਜਿਹੜੀ ਕਮੇਟੀ ਨਾਲ ਮਕਸਦ ਸਾ, ਇੱਥੇ ਅਵਾਮੀ ਐਕਸ਼ਨ ਕਮੇਟੀ ਨੇ ਰਨਮਾ ਨਸ਼ਨੇ ਨਾ ਉਹ ਮਕਸਦ ਇਹ ਸਾ ਕਿ 28 ਜੂਨ ਕੀ ਨਕਾਲ ਦਿੱਤੀ ਹੈ ਕਿ ਐਂਟਰੀ ਪੁਆਇੰਟ ਉਸਕੀ ਬੰਦ ਕੀਤਾ ਜਾ ਸੀ, ਕਿਉਂਕਿ ਅਵਾਮੀ ਐਕਸ਼ਨ ਕਮੇਟੀ ਨੇ ਕਾਫੀ ਸਾਰੇ ਰਨਮਾ ਇਸ ਟਾਈਮ ਜੇਲ੍ਹ ਦੇ ਅੰਦਰ ਹੈ ਜਦ ਤੱਕ ਉਹਨਾਂ ਕੀ ਰਿਹਾਅ ਨਾ ਕੀਤਾ ਜਾਏ। ਔਰ ਬਾਕੀ ਹੈ ਕਿ ਤੁਹਾਨੂੰ ਮੈਂ ਕਿਸੇ ਇਜਾਜ਼ਤ ਦੁਆਈ ਕਿ ਅੱਲਾਹ ਤਾਲਾ ਸਾਰੇ ਕੀ ਖੁਆਇਸ਼ ਆਪਣੇ ਵਿਜ਼ੋ ਮਾਨ ਕੇ ਰੱਖੋ, ਅਸਾਂ ਵੀ ਦੁਆ ਕੀ ਯਾਦ ਰੱਖਿਆ ਹੈ, ਅਗਰ ਜ਼ਿੰਦਗੀ ਫਾਕ ਕੀ ਇੱਕ ਨੇ ਵੀ ਜੋ ਅੱਲਾਹ ਸੋਨੇ ਨੇ ਵਾਲਾ।